ਅਸੀਂ ਪਹੁੰਚੇ ਹਾਂ ਹੁਣ ਬਲਾਸਪੁਰ ਰੋਟੀ ਖਾਣ ਲੱਗੇ ਹਾਂ ये जिहड़ा सामने देख रहे तुसीं मंदिर बनया पुरातन मंदिर है कोई बिलासपुर पहला शहर इस दे आले दुआले बसदा सीगा हुण एक टाइम ते कोई ज़्यादा पानी आने के कारण इत्थों फिर सारा कुछ पानी बहा के लै गया सीगा। ये मंदिर बहुत पुरातन आ और छोटे छोटे अगे भी दिस रहे सारे मंदिर आ। सुंदर नगर क्रॉस कर गए हैं तो अगे आना मंडी मंडी पहुंच गए असीं हुण मंडी क्रॉस करके सड़क थोड़ी जी खराब है सुरंग बन रही है शॉर्टकट मंडी तो अगे रास्ता थोड़ा जा खराब 10 किलोमीटर बहुत ज़्यादा खराब है। दरख्तों का रंग देखो कितना सोहना है बिच गर्मियां आ रही फुल खिड़ते हैं पहुंच गए पंडो इतों रह गया लगभग 70-75 किलोमीटर मनीकरण साहब जी पंडो डैम कुछ मैंबर साढ़े नाल नहीं आ सके काम दे विच बिजी सके थोड़ा नैक्सट वीडियो दे विच जरूर आउणगे असीं उन्हां नूं मिस करदे आ। पहुंच गए पंडो डैम आके वन वे शुरू हो जाता है रास्ता वधिया रोड वधिया बनाया है अब तीसरी टनल बन रही है होर एक दो महीने तक या होर कुछ महीने तक रेडी हो जानी है तो मनाली में जाने लई सफर दे विच काफ़ी फर्क पै जाना संगत बहुत ज़्यादा होले महल की जी संगत है वो इधर बहुत ज़्यादा मनीकरण साहब जा रही है उपर देखो जी सुरंग ये शॉर्टकट बन रहे हैं
ਆਉਣ ਵਾਲੇ ਸਮੇਂ ਚਾਲੂ ਹੋ ਜਾਣੇ ਸਫ਼ਰ ਦੀ ਦੂਰੀ ਘੱਟ ਜਾਣੀ ਆ ਬਹੁਤ ਟਨਲ ਬਣਨੇ ਦੇ ਨਾਲ ਰਸਤੇ ਤਾਂ ਸ਼ਾਰਟਕੱਟ ਹੋਈ ਜਾਂਦੇ ਆ ਬਟ ਪਹਾੜਾਂ ਦੀ ਜਿਹੜੀ ਖੂਬਸੂਰਤੀ ਆ ਉਹ ਫਿਰ ਦੇਖਣ ਨੂੰ ਘੱਟ ਮਿਲਦੀ ਆ ਜਿਹੜੇ ਬਹੁਤ ਸੋਹਣੇ ਸੋਹਣੇ ਵਿਊ ਆਉਂਦੇ ਰਸਤੇ 'ਚ ਜਦੋਂ ਆਪਾਂ ਕੀਰਤਪੁਰ ਸਭ ਤੋਂ ਉੱਪਰ ਜਾਂਦੇ ਹਾਂ ਅਤੇ ਅੱਗੇ ਆ ਕੇ ਸਵਾਰ ਘਾਟ ਆ ਜਾਂਦਾ ਸਵਾਰ ਘਾਟ ਤੋਂ ਕੁਛ 1 ਕਿਲੋਮੀਟਰ ਅੱਗੇ ਜਾ ਕੇ ਰਸਤਾ ਖਰਾਬ ਸ਼ੁਰੂ ਹੋ ਜਾਂਦਾ ਅਤੇ ਉਹ ਬਿਲਾਸਪੁਰ ਦੇ ਲਾਗੇ ਜਾ ਕੇ ਖਤਮ ਹੁੰਦਾ ਛੱਬੀ ਡਿਗਰੀ ਟੈਂਪਰੇਚਰ ਇਸ ਟਾਈਮ ਅਤੇ ਮਨੀਕਰਨ ਸਾਹਿਬ ਹੈਗਾ 4 ਡਿਗਰੀ ਸੈਲਸੀਅਸ ਫਾਊਂਟੇਨ ਪੰਜਾਬੀ ਮੁੰਡੇ ਤਕਰੀਬਨ ਅੰਮ੍ਰਿਤਸਰ ਨੰਬਰ 90% ਅੰਮ੍ਰਿਤਸਰ ਨੰਬਰ ਮੋਟਰਸਾਈਕਲ ਸੈਂਕੜਿਆਂ ਦੇ ਹਿਸਾਬ ਨਾਲ ਸਾਨੂੰ ਮਿਲੇ ਰਸਤੇ 'ਚ ਇਹ ਵਾਲੀ ਟਨਲ ਸਭ ਤੋਂ ਪੁਰਾਣੀ ਟਨਲ ਹੈ ਇੱਥੇ ਦੀ ਇਸ ਰਸਤੇ ਦੀ ਇਸ ਰੂਟ ਦੀ ਇਸ ਟਨਲ ਦੀ ਲੈਂਥ 2.5 ਕਿਲੋਮੀਟਰ ਹੈ ਦੇ ਵਿੱਚ ਦੇਖੋ ਕਿੰਨਾ ਸੋਹਣਾ ਲੱਗਦਾ ਦੇਖਣ ਨੂੰ ਅਟਲ ਟਨਲ ਇੱਥੋਂ ਹੈਗੀ ਆ 94 ਕਿਲੋਮੀਟਰ ਲੇਹ ਹੈਗਾ ਆ 492 ਕਿਲੋਮੀਟਰ ਅਤੇ ਜਿਹੜੀ ਨਾਲ ਨਾਲ ਨਦੀ ਵਗਦੀ ਆ ਇਹਦਾ ਨਾਂ ਹੈਗਾ ਬਿਆਸ ਰਿਵਰ
ਤੇ ਕਿੰਨਾ ਉੱਚਾ ਸੀਗਾ ਬਹੁਤ ਦੇਰ ਬੰਦੇ 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 ਕਿੰਨਾ ਜਾਂਦਾ ਹੋਊਗਾ ਬੰਦਾ ਸੜਕ ਨਹੀਂ ਲੱਗਦੀ ਪੌਂਤਰ ਏਅਰਪੋਰਟ ਇੱਥੋਂ 6 ਕਿਲੋਮੀਟਰ ਪੌਂਤਰ ਪਹੁੰਚ ਕੇ ਅਸੀਂ ਰਾਈਟ ਹੈਂਡ ਸਾਈਡ ਨੂੰ ਮਨੀਕਰਨ ਸਾਹਿਬ ਨੂੰ ਜਾਣਾ ਅਤੇ ਲੈਫਟ ਜਿਹੜਾ ਰਸਤਾ ਨਿਕਲਦਾ ਮਨਾਲੀ ਨੂੰ ਕੁੱਲੂ ਨੂੰ ਸਾਈਡ ਮਨੀਕਰਨ ਸਾਹਿਬ ਨੂੰ ਸਾਹਮਣੇ ਵਾਲਾ ਨਿਕਲ ਜਾਂਦਾ ਮਨਾਲੀ ਨੂੰ ਆ ਗਿਆ ਜੀ ਭੁੰਤਰ ਨੈਕਸਟ ਵੀਡੀਓ ਦੇ ਵਿੱਚ ਅਸੀਂ ਜਾਵਾਂਗੇ ਭੁੰਤਰ ਤੋਂ ਮਨੀਕਰਨ ਸਾਹਿਬ ਮਨੀਕਰਨ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਅਸੀਂ ਮਨਾਲੀ ਜਾ ਕੇ ਸਟੇਅ ਕਰਾਂਗੇ
ਸਵੇਰੇ 5 ਵਜੇ ਤੁਰੇ ਸੀਗੇ ਅਸੀਂ 4 ਮਾਰਚ 2023 ਅਤੇ ਮਨੀਗੰਦ ਸਾਹਿਬ ਪਹੁੰਚੇ ਅਸੀਂ ਜਾ ਕੇ 2:30 ਵਜੇ ਅਤੇ ਸ਼ਾਮ ਨੂੰ 7 ਵਜੇ ਅਸੀਂ ਮਨਾਲੀ ਪਹੁੰਚਣਾ। ਸਾਰਾ ਰਸਤਾ ਪਹੁੰਚਣਾ ਗੱਡੀ 10 ਕੁ ਦਿਨ ਦਾ ਟੂਰ।